ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਵਜਾਇਆ ਕਰੋ ਕਿੰਨਾ ਕੁ ਚਾਅ ਹੁੰਦਾ ਤੀਆਂ ਦਾ ਬਹੁਤ ਜ਼ਿਆਦਾ ਜੀ ਹਰ ਸਾਲ ਹੀ ਮਨਾਉਂਦੇ ਹਾਂਜੀ ਹਰ ਸਾਲ ਮਨਾਉਂਦੇ ਸੰਧਾਰਾ ਪਹੁੰਚ ਗਿਆ ਸੀ ਹਾਂਜੀ ਪਹੁੰਚ ਗਿਆ ਜੀ ਚਰਖੇ ਨੂੰ ਚੱਕ ਲੈ ਤਰਿੰਜਣਾ ਚ ਛੇਤੀ ਛੇਤੀ ਭਜਲਣ ਭਜਿਆ ਜਾਵੇ ਨੀ ਰੇਸ਼ਮੀ ਗਰਾਰੇ ਵਾਲੀਏ ਜੱਟ ਬੱਕਰੇ ਬੁਲਾਉਂਦਾ ਆਵੇ ਨੀ ਰੇਸ਼ਮੀ ਗਰਾਰੇ ਵਾਲੀਏ ਵਾਲੇ ਬਿਸਕੁਟ ਆ ਗਏ ਖਤਮ ਕਰਤੇ ਕਿ ਹੈਗੇ ਨੇ ਨਹੀਂ ਪਏ ਆ ਹਲੇ ਤਾਂ ਖਤਮ ਮੇਰੇ ਵਾਸਤੇ ਰੱਖ ਲਓ ਚਾਰ ਤੁਹਾਡੇ ਵਾਸਤੇ ਆ ਗਿਆ ਬਣ ਚਾਰਾ ਨੀ ਚੜਾਉਣੀਆਂ ਨੇ ਚੂੜੀਆਂ ਹੈ ਚੂੜੀਆਂ ਵੀ ਦੇਖੀ ਕਿ ਮੈਂ ਚੂੜੀਆਂ ਨੇ ਚੂੜੀਆਂ ਤੁਹਾਡੇ ਵੇਲੇ ਦਿੱਤੀਆਂ ਕਿਵੇਂ ਦੀਆਂ ਹੁੰਦੀਆਂ ਸੀ ਸਾਡੇ ਵੇਲੇ ਜਦ ਦੀਆਂ ਤਾਈਆਂ ਜੇ ਹੁੰਦੀਆਂ ਨਹੀਂ ਤੇ ਕੌਣ ਕਿਸੇ ਨੂੰ ਪੁੱਛਿਆ ਕਰਦਾ ਤਾਂ ਆਉਂਦੀ ਤੇ ਵਿਚਾਰੀ ਚਾਰ ਦਿਨ ਇੱਧਰ ਪੱਕੇ ਲੰਘ ਜਾਂਦੀਆਂ ਤੇ ਆਪਣੀ ਮਿਰਚ ਲ ਕੇ ਸਾਨੂੰ ਬਾਹਰ ਸਹੇਲੀ ਬਣਾਉਣ ਦੀ ਜ਼ਰੂਰਤ ਹੀ ਨਹੀਂ ਆਪਣੇ ਪਰਿਵਾਰ 'ਚ ਹੀ ਬੜਾ ਪਰਿਵਾਰ ਹੈ 11 ਭੈਣਾਂ ਅਸੀਂ 2 ਭੂਆ ਉਨੀ ਹੈ ਬੋਲੀ ਆਉਂਦੀ ਬੀਬੀ ਕੋਈ ਖਰਚ ਮੇਰੇ ਦਿਮਾਗ 'ਚ ਵੀ ਨਹੀਂ ਆਉਂਦੀ ਸ਼ਰਮ ਜੀ ਵੀ ਆਉਂਦੀ ਹੈ ਹੁੰਦਾ ਰਹੇ ਮੇਰੇ ਚਾਚਾ ਜੀ ਜਿਹੜਾ ਸਾਨੂੰ ਹਰ ਸਲਤੀਆਂ ਤੋਂ ਇਕੱਠਾ ਕਰਦਾ ਸਾਰੇ ਆਪਣੇ ਭਰਜਾਈਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਮਿਲਾ ਦਿੰਦਾ ਜੀ ਕਿਵੇਂ ਦੀਆਂ ਹੁੰਦੀਆਂ ਸੀ ਸਾਡਾ ਤਾਂ ਜੀ ਝੂਟੇ ਪਾਉਂਦੇ ਤੇ 2 ਹਾਂਜੀ ਝੂਟੇ ਪਾਉਣੇ ਫਿਰ ਜੋਟੀਆਂ ਝੂਟਣੇ ਫਿਰ ਗੀਤ ਗਾਉਣੇ ਭੈਣ ਭਾਈਆਂ ਦੇ ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ ਤੀਆਂ ਜ਼ੋਰ ਲੱਗੀਆਂ ਮੇਰੇ ਬਾਵਲੇ ਦੇ ਬੇੜੇ ਤੀਆਂ ਜ਼ੋਰ ਲੱਗੀਆਂ ਮੇਰੇ ਬਾਵਲੇ ਦੇ ਬੇੜੇ ਤੀਆਂ ਜ਼ੋਰ ਲੱਗੀਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਗਗਨਦੀਪ ਕੌਰ ਸੋ ਮੇਰੇ ਪਿੱਛੇ ਤੁਸੀਂ ਦੇਖ ਹੀ ਲਿਆ ਹੋਣਾ ਸਾਉਣ ਦਾ ਮਹੀਨਾ ਚੱਲ ਰਿਹਾ ਸੋਹਣੀਆਂ ਸੋਹਣੀਆਂ ਮੁਟਿਆਰਾਂ ਸੋਹਣੇ ਸੋਹਣੇ ਕੱਪੜੇ ਪਾ ਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਨੇ ਅੱਜ ਸਾਡਾ ਦਿਨ ਆ ਕੁੜੀਆਂ ਦਾ ਦਿਨ ਆ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਗਿੱਧਾ ਵੀ ਪਾਵਾਂਗੇ ਭੰਗੜਾ ਵੀ ਪਾਵਾਂਗੇ ਤਾਂ ਤੁਸੀਂ ਵੀ ਨਾਲ ਸਾਡੇ ਨਾਲ ਸ਼ਾਮਿਲ ਹੋਵੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੀਆਂ ਦਾ ਤਿਉਹਾਰ ਤੁਸੀਂ ਮਨਾਇਆ ਹੈ ਨਾ ਕਿੰਨਾ ਕਿੰਨੀ ਕੁ ਐਕਸਾਈਟਮੈਂਟ ਸੀ ਤੁਹਾਨੂੰ ਐਕਸਾਈਟਮੈਂਟ ਸੀ ਸਾਨੂੰ ਮਤਲਬ ਤੀਆਂ ਦਾ ਪਤਾ ਹੁੰਦਾ ਕਿ ਹਾਂ ਸਾਨੂੰ ਪੂਰਾ ਪਿੰਡ ਇਨਵਾਈਟ ਕਰਦਾ ਸਾਨੂੰ ਬਹੁਤ ਦੇਰ ਪਹਿਲਾਂ ਹੀ ਐਕਸਾਈਟਮੈਂਟ ਹੋਣ ਲੱਗ ਜਾਂਦੀ ਹੈ ਕਿ ਅਸੀਂ ਨਵੇਂ ਨਵੇਂ ਕੱਪੜੇ ਲੈਣੇ ਆ ਅਤੇ ਅਸੀਂ ਸਾਰੇ ਪਿੰਡ ਸਾਹਮਣੇ ਆਪਣੀ ਬਹੁਤ ਵਧੀਆ ਪਰਫਾਰਮੈਂਸ ਕਰਨੀ ਆ ਅੱਛਾ ਅਤੇ ਫਿਰ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰਤੀਆਂ ਸੀ ਤੀਆਂ ਦੀ ਮਤਲਬ ਹਰੇਕ ਸਾਲ ਹੁੰਦਾ ਇਹ ਸਾਡੇ ਸਕੂਲ ਵੱਲੋਂ ਅਤੇ ਅਸੀਂ ਸਾਨੂੰ ਪਤਾ ਹੁੰਦਾ ਹੈ ਕਿ ਹਾਂ ਵੈਸੇ ਨਾ ਐਂਡ ਸਾਡਾ ਲਾਸਟ ਈਅਰ ਹੈ ਇਸ ਸਕੂਲ ਵਿੱਚ ਵੀ ਤੇ ਹੁਣ ਸਾਨੂੰ ਜ਼ਿਆਦਾ ਐਕਸਾਈਟਮੈਂਟ ਸੀ 10th ਵਾਲਿਆਂ ਨੂੰ ਤੁਹਾਡਾ ਨਾਮ ਕੀ ਹੈ ਮਹਿਕਜੀਤ ਕੌਰ ਅੱਛਾ ਕਿੰਨੀ ਕੁ ਐਕਸਾਈਟਮੈਂਟ ਹੁੰਦੀ ਹੈ ਤੀਆਂ ਦੀ ਬਹੁਤ ਜ਼ਿਆਦਾ ਹਰ ਵਾਰੀ ਪਰਫਾਰਮੈਂਸ ਕਰਦੇ ਹੋ ਹਾਂਜੀ ਇਹ ਬੋਲੀ ਸੁਣਾਉਣਗੇ ਚਲੋ ਕਿਹੜੀ ਸੀਗੀ ਬੱਲੇ ਬਾਈ ਲੋਕਾਂ ਪਾਣੇ ਮੋਰ ਬੋਲਦੇ ਬੱਲੇ ਬੱਲੇ ਬਾਈ ਲੋਕਾਂ ਪਾਣੇ ਮੋਰ ਬੋਲਦੇ ਕਿਤੇ ਚਰਖਾ ਸੋਹਣੀਏ ਨਾਲ ਨਾਲ ਲੋਕਾਂ ਪਾਣੇ ਮੋਰ ਬੋਲਦੇ ਕਿਤੇ ਚਰਖਾ ਸੋਹਣੀਏ ਤੇਰਾ ਲੋਕਾਂ ਪਾਣੇ ਮੋਰ ਬੋਲਦੇ ਚਰਖਾ ਸੋਹਣੀਏ ਤੇਰਾ ਮੁਰਕਾ ਪਾਣੇ ਮੋਰ ਬੋਲਦੇ ਲੈ ਕਹਿੰਦੇ ਸਾਨੂੰ ਬੋਲੀ ਨਹੀਂ ਆਉਂਦੀ ਇੰਨੀ ਸੋਹਣੀ ਬੋਲੀ ਗਾਈ ਹੋਰ ਗਾਓ ਕੋਈ ਚਰਖੇ ਨੂੰ ਚੱਕ ਲੈ ਤਰਿੰਜਣਾ ਚ ਛੇਤੀ ਛੇਤੀ ਚਰਖੇ ਨੂੰ ਚੱਕ ਲੈ ਤਰਿੰਜਣਾ ਚ ਛੇਤੀ ਛੇਤੀ ਭਜਲਣ ਭਜਿਆ ਜਾਵੇ ਨੀ ਰੇਸ਼ਮੀ ਗਰਾਰੇ ਵਾਲੀਏ ਜੱਟ ਬੱਕਰੇ ਬੁਲਾਉਂਦਾ ਆਵੇ ਨੀ ਰੇਸ਼ਮੀ ਗਰਾਰੇ ਵਾਲੀਏ ਜੱਟ ਬੱਕਰੇ ਬੁਲਾਉਂਦਾ ਆਵੇ ਨੀ ਰੇਸ਼ਮੀ ਗਰਾਰੇ ਵਾਲੀਏ ਨੱਚਾ 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 ਨੱਚ ਮੰਗੂ
ਮੈਂ ਨੱਚ ਨੱਚ ਪੱਟਦੇ ਆ ਵੇੜਾ ਕੁੜੀਓ, ਕੀ ਮੈਂ ਨੱਚ ਨੱਚ ਪੱਟਦੇ ਆ ਵੇੜਾ ਕੁੜੀਓ, ਕੀ ਮੈਂ ਨੱਚ ਨੱਚ ਪੱਟਦੇ ਆ ਵੇੜਾ ਕੁੜੀਓ। ਕੋਈ ਇੱਕ ਲੱਡੂ ਆ, ਕੋਈ ਦੋ ਲੱਡੂ ਆ, ਕੋਈ ਲੱਡੂਆਂ ਦੀ ਝੋਲੀ ਭਰ ਗਿਆ, ਸੱਸੇ ਨੀ ਤੇਰਾ ਲਾਡਲਾ ਕੁਝ ਕਹਿ ਕੇ ਅੰਦਰ ਵੜ ਗਿਆ, ਸੱਸੇ ਨੀ ਲਾਡਲਾ ਕੁਝ ਕਹਿ ਕੇ ਅੰਦਰ ਵੜ ਗਿਆ, ਸੱਸੇ ਨੀ ਤੇਰਾ ਲਾਡਲਾ। ਕੋਈ ਇੱਕ ਜਲੇਬੀ, ਕੋਈ ਦੋ ਜਲੇਬੀ, ਪੱਲਾ ਜਲੇਬੀਆਂ ਦਾ ਭਰ ਗਿਆ, ਸੱਸੇ ਨੀ ਤੇਰਾ ਲਾਡ ਮੈਨੂੰ ਹੈਲੋ ਹੈਲੋ ਕਹਿ ਕੇ ਅੰਦਰ ਵੜ ਗਿਆ, ਸੱਸੇ ਨੀ ਤੇਰਾ ਲਾਡਲਾ। ਬਾਗਹ ਦੀ ਰਾਵੀ ਦੇ ਵਿੱਚ ਫੇਰਾਂ ਹੱਥ ਫੇਰ ਕੇ, ਬਾਗਹ ਦੀ ਰਾਵੀ ਦੇ ਵਿੱਚ ਦੇਖਾਂ ਹੱਥ ਫੇਰ, ਨਹੀਂ ਵੇ ਤੇਰੇ ਜੋਗੀ ਵੇ ਸੰਜੋਗਾਂ ਮਾਰੀ ਘੇਰ ਕੇ, ਨਹੀਂ ਸਾ ਤੇਰੇ ਜੋਗੀ ਵੇ ਗਾਂ ਮਾਰੀ ਘੇਰ ਕੇ। ਆ ਗਿਆ ਬਣਜਾਰਾ ਨੀ ਚੜਾਉਣੀਆਂ ਨੇ ਚੂੜੀਆਂ, ਆ ਗਿਆ ਬਣਜਾਰਾ ਚੜਾਉਣੀਆਂ ਨੇ ਕੁੜੀਆਂ, ਦੇਖੀ ਭਾਬੀ ਦੇਖੀ ਕਿਵੇਂ ਕੁੜੀਆਂ ਨੇ ਕੁੜੀਆਂ, ਦੇਖੀ ਭਾਬੀ ਦੇਖੀ ਕੁੜੀਆਂ ਨੇ ਕੁੜੀਆਂ। ਮੈਂ ਮੀਂਹ ਉਹਦੇ ਕੋਲੋਂ ਲੈਣਾ ਛੱਲਾਂ ਭਾਬੀ ਇਹ ਨੀ ਕਦੋਂ ਹੋਊ ਬਣ ਜਾਰਾ, ਕੱਲਾ ਭਾਬੀ ਇਹ ਨੀ ਆਈ ਹੈਗੀ ਦੇ ਦੀ ਬਾਰੀ ਕੁੜੀ ਹੁਣ, ਆਈ ਹੈਗੀ ਦੇ ਦੀ ਬਾਰੀ ਕੁੜੀ ਹੁਣ, ਆਈ ਹੈਗੀ ਦੇ ਦੀ ਬਾਰੀ ਕੁੜੀ। ਲੋਕਾਂ ਕੁੜੀਆਂ ਤਾਂ ਦੋ ਦੋ ਕੜੇ ਚੱਕਦੀਆਂ, ਲੋਕਾਂ ਦੀਆਂ ਕੁੜੀਆਂ ਦੋ ਦੋ ਕੜੇ ਚੱਕਦੀਆਂ, ਮੇਰਾ ਕੜਾ ਕਿਉਂ ਡੋਲਦਾ, ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ ਵੀ ਕੋਈ ਡਰ ਦੀ ਪੀਣ ਨਾ ਜਾਵੇ, ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ ਵੀ ਕੋਈ ਡਰ ਦੀ ਪੀਣ ਨਾ ਜਾਵੇ, ਛੜੇ ਦੇ ਤਾਕ ਤੇ ਪਰਿੰਡ ਲੜ ਜਾਵੇ ਸਾਡੀ ਕੰਧ ਤੋਂ ਚਾਤੀਆਂ ਮਾਰੇ, ਟੁੱਟ ਪੈਣੇ ਦੀ ਤਾਕ ਤੇ ਪਰਿੰਡ ਲੜ ਜਾਵੇ ਸਾਡੇ ਦੇ ਕੋਠੀਆਂ ਮਾਰੇ। ਗਿੱਧਿਆਂ ਚ ਨੱਚਦੀ ਕਾਲ ਜੁਗੇ ਆਇਆ ਬੁੱਢੀ, ਗਿੱਧਿਆਂ ਚ ਨੱਚਦੀ ਜਦੋਂ ਜਵਾਨੀ ਵਾਲਾ ਜੋਰ ਸੀਵੇ ਜਾਲ ਮਾਂ ਤੁਰਲੀ ਵਰਗੀ, ਬੋਲ ਸੀਵੇ ਜਾਲ ਮਾਂ ਤੁਰਦੀ ਵਰਗਾ, ਬੋਲ ਸੀਵੇ ਜਾਲ ਮਾਂ ਤੁਰਿਆ ਵਰਗੀ, ਤੋਰ ਸੀਵੇ ਜਾਲ ਮਾਂ ਤੁਰਦੀ ਸੀ ਕਾਗੋਂ ਰੋਡ ਬਿਲੇ ਤਾਲ ਮਾਂ ਮਰ ਗੀ ਤੋਰ ਸੀ ਬੇ ਜਾਲ ਮਾਂ।
ਪਿੰਡ ਘੜੂਆ ਵਿਖੇ ਬੀਬੀਆਂ ਦੇ ਵੱਲੋਂ ਰੌਣਕ ਲਗਾਈ ਗਈ ਆ ਤੀਆਂ ਦੇ ਤਿਉਹਾਰ ਤੇ। ਮੈਨੂੰ ਲੱਗਦਾ ਸਭ ਤੋਂ ਵੱਧ ਬੀਬੀ ਨੂੰ ਆਹ ਬੀਬੀ ਨੂੰ ਚਾਅ ਆ ਨਾ ਬੀਬੀ। ਨੱਚਣ ਦਾ ਪੂਰਾ ਸ਼ੌਂਕ ਹੈ ਜੀ। ਸੰਧਾਰਾ ਮਾਂ ਬਾਪਾ ਦੇ ਤੋਂ ਆਉਂਦਾ ਹੀ ਰਹਿੰਦਾ ਹੈ ਜੀ। ਹਾਂਜੀ, ਹਰ ਸਾਲ ਮਨਾਉਣ ਆਉਂਦੇ? ਹਾਂਜੀ, ਹਰ ਸਾਲ ਸੰਧਾਰਾ ਜਾਂਦਾ, ਹਰ ਸਾਲ ਮਨਾਉਣ ਆਉਂਦਾ। ਅੱਛਾ, ਤੇ ਹੋਰ ਇੱਕ ਬੋਲੀ ਸੋ ਜੇ ਬੋਲੀ ਬੋਲੀ ਕਾਂਟੇ ਕਰਾਮਾ ਚੁੰਟਣ ਨੂੰ ਜਾਮਾ, ਕਾਂਟੇ ਕਰਾਮਾ ਚੁੰਟਣ ਨੂੰ ਜਾ, ਸੌਣ ਦੇ ਮਹੀਨੇ ਬਾਗੀ ਬੋਲਦੇ ਨੇ ਮੋਰ ਜਾਲ ਮਾਂ ਪੇਕੇ ਛੱਡ, ਹੋਏ ਪੇਕੇ ਛੱਡ ਜਾ ਮਹੀਨਾ ਇੱਕ ਹੋਰ ਜਾਲ ਮਾਂ ਪੇਕੇ ਛੱਡ ਜਾ, ਹੋਏ ਪੇਕੇ ਛੱਡ ਜਾ ਮਹੀਨਾ ਇੱਕ ਹੋਰ ਜਾ, ਪੇਕੇ ਛੱਡ ਜਾ ਪੇਕੇ ਛੱਡ ਜਾ ਮਹੀਨਾ ਇੱਕ ਹੋਰ ਜਾਲ ਮਾਂ ਪੇਕੇ ਛੱਡ ਜਾ। ਬੀਬੀ ਤੁਹਾਨੂੰ ਕਿੰਨਾ ਕੁ ਚਾਅ ਹੁੰਦਾ ਤੀਆਂ ਦਾ? ਤੀਆਂ ਦਾ ਤਾਂ ਸਭ ਨੂੰ ਚਾਅ ਹੁੰਦਾ, ਸਾਲ ਬਾਅਦ ਤੀਆਂ ਆਉਂਦੀਆਂ, ਸਭ ਨੂੰ ਹੁੰਦਾ ਚਾਅ। ਤੁਸੀਂ ਇਸ ਪਿੰਡ ਦੀ ਕੁੜੀ ਹੋ? ਨਾ, ਮੈਂ ਨੂੰਹਾਂ ਔਰਤ ਜੀ। ਅੱਛਾ ਜੀ, ਹਰ ਸਾਲ ਲੱਗਦਾ ਹੈ ਮੇਲਾ? ਵਿੱਚ ਦੀ ਪਹਿਲਾਂ ਤੀਆਂ ਦਾ ਜਿਹੜਾ ਅਲੋਪ ਹੋ ਗਈਆਂ ਸੀ, ਤੀਆਂ ਮਨਾਉਂਦੇ ਨਹੀਂ ਸੀ, ਕੀ ਕਾਰਨ ਸੀ, ਕਿਉਂ ਨਹੀਂ ਪਤਾ ਨਹੀਂ, ਕਾਹਤੇ ਹਟ ਗਿਆ ਤਾਂ ਮੈਨੂੰ ਵੀ ਨਹੀਂ ਪਤਾ, ਪਰ ਮੇਰੇ ਆਉਣ ਤੋਂ ਪਹਿਲਾਂ ਤੀਆਂ ਬਹੁਤ ਜ਼ਿਆਦਾ ਲੱਗਦੀਆਂ ਹੁੰਦੀਆਂ ਤੀਆਂ। ਅੱਜ ਕੱਲ ਫੇਰ ਪਿੰਡਾਂ ਦੇ ਵਿੱਚ ਇਹ ਜਿਹੜਾ ਸੱਭਿਆਚਾਰ ਆ ਫੇਰ ਉੱਠ ਗਿਆ, ਵਧੀਆ ਹੋ ਗਿਆ, ਸਮਾਂ ਬਹੁਤ ਵਧੀਆ ਹੋ ਗਿਆ। ਸਾਡੇ ਤਾਂ ਇਹ ਜਰਨੈਲ ਸਿੰਘ ਨੇ ਜਿਹੜਾ ਆਹ ਪ੍ਰੋਗਰਾਮ ਕਰਨ ਲੱਗਿਆ ਨਾ, ਕਰਾਉਣ ਲੱਗਿਆ, ਬਹੁਤ ਵਧੀਆ, ਸਾਰੀਆਂ ਕੁੜੀਆਂ ਪਿੰਡ ਦੀਆਂ ਸੀਸਾਂ ਦਿੰਦੀਆਂ। ਕਿੰਨੇ ਟਾਈਮ ਤੋਂ ਫਿਰ ਤਿਆਰੀਆਂ ਸ਼ੁਰੂ ਕਰ ਦਿੰਦੇ ਹੋ? ਬਸ ਨੱਚਦਾ ਹੈ ਨੀ ਆਂਟੀ ਤੁਸੀਂ? ਨਹੀਂ, ਨਾ ਤਾਂ ਮੈਂ ਨੱਚੀ ਆ, ਮੈਂ ਨੱਚੀ ਨਹੀਂ ਹੈਗੀ। ਕਿਹਾ ਸੀ ਨੱਚੋ, ਦੁਬਾਰੋ ਨੱਚ ਕੇ ਦਿਖਾ ਦੋ ਮਾੜਾ ਜਿਹਾ, ਬੋਲੀ ਵੀ ਪਾ ਦੋ ਨਾਲ। ਨਾ ਨਾ ਨਾ, ਆ ਗਿਆ ਬਣਜਾਰਾ ਨੀ ਚੜਾਉਣੀਆਂ ਮੈਂ ਚੂੜੀਆਂ, ਆ ਗਿਆ ਬਣਜਾਰਾ ਨੀ ਚੜਾਉਣੀਆਂ ਮੈਂ ਚੂੜੀਆਂ, ਭਾਬੀ ਦੇਖੀ ਕੀ ਮੈਂ ਜੂੜੀਆਂ ਨੇ ਚੂੜੀਆਂ, ਉਹ ਦੇਖੀ ਭਾਬੀ ਦੇਖੀ ਕੀ ਮੈਂ ਜੂੜੀਆਂ ਨੇ ਚੂੜੀਆਂ, ਹਾਂ ਵੀ ਉਹਦੇ ਕੋਲੋਂ ਲੈਣਾ ਚੱਲਾ ਭਾਬੀ ਇਹ ਨੀ ਜਦੋਂ ਹੋ ਬਣਜਾਰਾ, ਚੱਲਾ ਭਾਬੀ ਇਹ ਨੀ ਜਦੋਂ ਹੋ ਬਣਜਾਰਾ, ਉਹ ਚੱਲਾ ਭਾਬੀ ਇਹ ਨੀ ਜਦੋਂ ਹੋ ਤੀਆਂ ਦੇ। ਦੇਖ ਆਪਾਂ ਝੂੰਟੇ ਪਵਾਉਂਦੇ ਹਾਂ ਹਨਾ, ਝੂੰਟੇ ਵਧੀਆ ਪੀਂਗਾ ਲੈਂਦੇ, ਪਰ ਮੈਂ ਤਾਂ ਆਪ ਲੈਂਦੀ ਹਾਂ ਪੀਂਗਾ, ਹਰ ਸਾਲ ਲੈਂਦੀ ਹਾਂ ਪੀਂਗਾ, ਉਰੇ ਕਿ ਮੈਂ ਬਹੁਤੀ ਆਪਣੇ ਨਾਨਕੇ ਪਲੀ ਹਾਂ, ਮੇਰੇ ਨਾਨਕੇ ਬਹੁਤ ਜ਼ਿਆਦਾ ਤੀਆਂ ਲੱਗਦੀਆਂ, ਬਹੁਤ ਪੀਂਗਾ ਵੀ ਝੂਟੀਆਂ ਤੀਆਂ ਵੀ, ਹੁਣ ਜਾ ਨਹੀਂ ਹੁੰਦਾ ਆਪਣੇ ਘਰਾਂ 'ਚ ਪਏ ਵੀ, ਪਰ ਉਰੇ ਹਰ ਸਾਲ ਲੱਗਦੀਆਂ ਸੀ, ਹਰ ਸਾਲ ਦੇਖਦੇ। ਤੀਆਂ ਦੇ ਜਦੋਂ ਸੌਣ 'ਚ ਆਉਂਦਾ ਹਨਾ, ਸੰਧਾਰਾ ਲੈ ਕੇ ਆਉਂਦਾ ਭਰਾ ਤੁਹਾਡਾ, ਆ ਗਿਆ ਸੰਧਾਰਾ? ਹਾਂਜੀ ਆਇਆ। ਕਿੰਨਾ ਕੁ ਇੰਤਜ਼ਾਰ ਹੁੰਦਾ ਤੁਹਾਨੂੰ? ਇੰਤਜ਼ਾਰ ਤਾਂ ਹੁੰਦਾ ਹੀ ਹੈ, ਸਾਲ ਬਾਅਦ ਸਭ ਨੂੰ ਇਹ ਹੁੰਦਾ ਹਨਾ, ਭੈਣ ਭਾਈ ਆ ਸੰਧਾਰਾ ਲਈ। ਕੁੜੀ ਹੋ ਇਸ ਪਿੰਡ ਦੀ? ਨਹੀਂ ਜੀ, ਨੂੰਹ ਹੈ। ਤੁਹਾਡਾ ਆ ਗਿਆ ਸੰਧਾਰਾ? ਹਾਂਜੀ ਹਾਂ, ਆ ਗਿਆ ਮੇਰਾ। ਬਿਸਕਿਟ ਆ ਗਏ? ਪੀਪੇ ਵਾਲੇ ਬਿਸਕਿਟ? ਪੀਪੇ ਵਾਲੇ ਆ ਗਏ, ਪੀਪੇ ਵਾਲੇ ਬਿਸਕੁਟ ਆ ਗਏ। ਖਤਮ ਕਰਤੇ ਕਿ ਹੈਗੇ ਨੇ? ਨਹੀਂ ਪਏ ਆ ਹਲੇ ਤਾਂ, ਖਤਮ। ਮੇਰੇ ਵਾਸਤੇ ਰੱਖ ਲਓ ਚਾਰ ਕਰ ਤੁਹਾਡੇ ਵਾਸਤੇ। ਹੋਰ ਬੋਲੀ ਸੁਣਾ ਦਿਓ। ਸਾਨੂੰ ਤੇਰੀ ਸਾਨੂੰ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਵੇ, ਤੀਆਂ ਦੇ ਨਾਲ ਮਨਾਉਣ ਵਾਲਿਆ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਵੇ, ਤੀਆਂ ਦੇ
ਲੱਗਦਾ ਆ ਭੈਣਾਂ ਦੇ ਵਿੱਚ ਬਹੁਤ ਪਿਆਰਾ ਸੇਮ ਸੇਮ ਸੂਟ ਪਾ ਕੇ ਆਈ ਨੇ ਸਾਰੀ ਜ਼ਿੰਮੇਵਾਰੀ ਫਿਰ ਤੁਹਾਡੇ ਸਿਰ ਤੇ ਕਿਵੇਂ ਲੱਗਦਾ ਆ ਤੁਹਾਨੂੰ ਤੀਆਂ ਦਾ ਤਿਉਹਾਰ ਮਨਾਉਂਦੇ ਹੋ ਵਧੀਆ ਲੱਗਦਾ ਜੀ ਤੁਹਾਡੇ ਮੰਮੀ ਨੇ ਅਸੀਂ ਤਿੰਨ ਭੈਣਾਂ ਏ ਹਾਂਜੀ ਮੈਂ ਬੜੀ ਜ਼ਿੰਮੇਵਾਰੀ ਸਿਰ ਤੇ ਪੈ ਜਾਂਦੀ ਆ ਨਾ ਵੀ ਤੀਆਂ ਦਾ ਕਰਾਉਣਾ ਇਹ ਤਿਆਰੀਆਂ ਕਰਨੀਆਂ ਕਿਵੇਂ ਲੱਗਦਾ ਆ ਬੰਦਾ ਸਾਡਾ ਅਸੀਂ ਤਾਂ ਬਾਹਰ ਤੇ ਆਏ ਹਾਂ ਜੀ ਸਪੈਸ਼ਲ ਬਣਾਉਣੇ ਵਾਸਤੇ ਜ਼ਿੰਮੇਵਾਰੀ ਚੱਕਣ ਵਾਲਾ ਆ ਬੰਦਾ ਜੀ ਸਾਡਾ ਮੈਨੂੰ ਲੱਗਦਾ ਇੱਕ ਸੇਮ ਸੂਟ ਹੋਰ ਵੀ ਪਾਇਆ ਸੀ ਹਾਂਜੀ ਉਹ ਛੋਟੀ ਸਿਸਟਰ ਹੈ ਛੋਟੀ ਸਿਸਟਰ ਹੈ ਅੱਛਾ ਹੋਰ ਕੀ ਪਹਿਲਾਂ ਤੀਆਂ ਹਨਾ ਬੰਦ ਹੋ ਗਈਆਂ ਸੀ ਹੁਣ ਤੋਂ ਫੇਰ ਇਹ ਕਿੰਨੇ ਟਾਈਮ ਤੋਂ ਤੁਹਾਡੇ ਪਿੰਡ ਦੇ ਵਿੱਚ ਤੀਆਂ ਲੱਗਣੀਆਂ ਸ਼ੁਰੂ ਹੋਈਆਂ ਨੇ 11 ਸਾਲ ਹੋ ਗਏ ਜੀ 11 ਹਰ ਸਾਲ ਲੱਗਦੀਆਂ ਨੇ ਹਰ ਸਾਲ ਲੱਗਦੀਆਂ ਸੀ 11 ਸਾਲ ਤੋਂ ਪਰ ਹੁਣ 3-4 ਸਾਲ 6 ਸਾਲ ਤੋਂ ਜੀ 10 ਸਾਲ ਆ ਹੋਇਆ ਸੀਗਾ ਇਸ ਦਿਨ ਇਹ ਉਧਰ ਤੀਆਂ ਮਨਾਉਂਦੇ ਸੀਗੇ ਉਧਰ ਬੇਟਾ ਹੋਇਆ ਸੀਗਾ ਤੇ ਅਸੀਂ ਦਿਨ ਮਨਾਉਂਦੇ ਆ ਜਿਹੜੀ 10 ਤਰੀਕ ਨੂੰ ਹੋਈ ਜੀ ਹਾਂਜੀ ਜੀ ਤੁਸੀਂ ਇਸੇ ਪਿੰਡ ਦੀ ਹਾਂਜੀ ਮੇਰੇ ਜੀ ਮੰਮੀ ਨੇ ਜੀ ਤੁਹਾਡੇ ਤੇ ਕਿੰਨਾ ਕ ਚਾਹ ਹੁੰਦਾ ਤੀਆਂ ਦਾ ਬਹੁਤ ਚਾਹ ਹੁੰਦਾ ਜੀ ਸਾਲ ਵਿੱਚ ਤੇ ਮਸੇ ਸਾਲ ਦਾ ਦਿਨ ਆਉਂਦਾ ਵੀ ਆ 10 ਅਗਸਤ ਆਉਗੀ ਤਾਂ ਅਸੀਂ ਆਪਣੇ ਘਰ ਚੰਗੇ ਬੋਲੀ ਹੋ ਜੇ ਫਿਰ ਇੱਕ ਹਾਂਜੀ ਬੱਚੇ ਪਾਉਂਗੇ ਬੋਲੀਆਂ ਤੁਸੀਂ ਵੀ ਗਾ ਦਿਓ ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਕਹਿੰਦੇ ਬੋਲੀਆਂ ਬੀਬੀਆਂ ਨੂੰ ਬਹੁਤ ਆਉਂਦੀਆਂ ਹੁੰਦੀਆਂ ਨੇ ਕਹਿ ਦਿੰਦੇ ਨੇ ਕਈ ਵਾਰ ਸੰਗ ਦੇ ਮਾਰੇ ਨਹੀਂ ਆਉਂਦੀ ਪਰ ਅੰਦਰ ਜਿਹੜੀਆਂ ਹੁੰਦੀਆਂ ਨੇ ਨਾ ਬਹੁਤ ਬੋਲੀਆਂ ਆਉਂਦੀਆਂ ਹੁੰਦੀਆਂ ਨੇ ਕਈ ਵਾਰ ਜਿਹੜੇ ਡੀਜੇ ਡੂਜੇ ਜੇ ਲਾਉਣ ਲੱਗ ਗਏ ਜੀ ਇਹਨਾਂ ਨੇ ਬੋਲੀਆਂ ਖਤਮ ਕਰ ਦਿਆ ਹੁਣ ਗਾਂ ਨੂੰ ਤਾਂ ਬੱਚੇ ਜਾਣਦੇ ਹੀ ਨਹੀਂ ਬੋਲੀਆਂ ਕਿਆ ਚੀਜ਼ ਆ ਪਹਿਲਾਂ ਤਾਂ ਸਾਰੇ ਪੁੱਛਦੇ ਆ ਸ਼ਹਿਰਾਂ ਦੇ ਵਿੱਚ ਕਈ ਵਾਰ ਡੀਜੇ ਲਾ ਕੇ ਬੋਲ ਹਨਾ ਤੀਆਂ ਮਨਾਉਂਦੇ ਨੇ ਹਨਾ ਤੇ ਉਹ ਜ਼ਿਆਦਾ ਤੁਹਾਨੂੰ ਲੱਗਦਾ ਕਿ ਇਹ ਆਪਣਾ ਸਹੀ ਆ ਬੋਲੀਆਂ ਜਿਹੜਾ ਆਪਣਾ ਕਲਚਰ ਆ ਉਹ ਆਪਣਾ ਕਲਚਰ ਹੈ ਕਲਚਰ ਅੱਛਾ ਹੁਣ ਗਾਂ ਨੂੰ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਕੁਝ ਨਹੀਂ ਪਤਾ ਇਸੇ ਕਰਕੇ ਤੇ ਜਗਰਾਉ ਦਿੱਤਾ ਵੀ ਬੱਚੇ ਗਾਂ ਵਾਸਤੇ ਪਤਾ ਲੱਗੇ ਇਹਨਾਂ ਨੂੰ ਵੀ ਕੀ ਹੁੰਦਾ ਕਲਚਰ ਤੇ ਤੀਆਂ ਫਿਰ ਤੋਂ ਹਨਾ ਲੱਗਣ ਲੱਗੀਆਂ ਨੇ ਬਹੁਤ ਚੰਗਾ ਲੱਗਦਾ ਹੈ ਆਪਣਾ ਪੰਜਾਬੀ ਸੱਭਿਆਚਾਰ ਫਿਰ ਤੋਂ ਜਾਗ ਉੱਠਿਆ ਹਨਾ ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਸੋਹਣੇ ਸੋਹਣੇ ਉਹੀ ਪੰਜਾਬੀ ਪਹਿਰਾਵੇ 'ਚ ਹਨਾ ਕਿੰਨਾ ਵਧੀਆ ਲੱਗਦਾ ਹੈ ਹਨਾ ਤੁਹਾਨੂੰ ਕਿਵੇਂ ਲੱਗਦਾ ਆ ਸਾਨੂੰ ਤਾਂ ਬਹੁਤ ਖੁਸ਼ੀ ਹੈ ਜੀ ਸਾਡੇ ਬੁਲਾਏ ਹੋਏ ਸਾਡੀਆਂ ਭੈਣਾਂ ਸਾਰੀਆਂ ਸਾਡੀਆਂ ਗੁੱਡੀਆਂ ਜਿੰਨੀਆਂ ਵੀ ਸਾਡੇ ਬੜੀਆਂ ਛੋਟੀਆਂ ਸਾਰੀਆਂ ਆਉਂਦੀਆਂ ਜੀ ਤੁਹਾਡੇ ਵੇਲੇ ਦੇ ਤੀਆਂ ਕਿਵੇਂ ਦੀਆਂ ਹੁੰਦੀਆਂ ਸੀ ਬਾਜੀ ਸਾਡੇ ਵੇਲੇ ਦੀਆਂ ਤਾਂ ਆਈਆਂ ਜੀ ਆਉਂਦੀਆਂ ਨਹੀਂ ਤੇ ਕੌਣ ਕਿਸੇ ਨੂੰ ਪੁੱਛਿਆ ਕਰਦਾ ਤਾਂ ਆਉਂਦੀ ਤੇ ਵਿਚਾਰੀ 4 ਦਿਨ ਇੱਦਾਂ ਪੱਕੇ ਲੰਘ ਜਾਂਦੀਆਂ ਜੇ ਆਪਣੀ ਮਿਰਚ ਛਿਲ ਕੇ ਹੁਣ ਤਾਂ ਜਿਕਣ ਆਪਾਂ ਇਕੱਠੇ ਹੁੰਦੇ ਆ ਬੁਲਾਉਂਦੇ ਆ ਧੀਆਂ ਭੈਣਾਂ ਆਉਂਦੀਆਂ ਸੱਸ ਅੱਜ ਵੱਜ ਕੇ ਜਦ ਤਾਂ ਇੰਨੀ ਸਜਾਵਟੇ ਨਹੀਂ ਸੀ ਹੁੰਦੀ ਜੀ ਆਂਟੀ ਜੀ ਤੁਹਾਡਾ ਕੀ ਨਾਮ ਆ ਮਨਪ੍ਰੀਤ ਕੌਰ ਜੀ ਅੱਛਾ ਤੁਸੀਂ ਕੁੜੀ ਹੋ ਇਸ ਪਿੰਡ ਦੀ ਮੈਂ ਹਾਂ ਇਸ ਪਿੰਡ ਦੀ ਕੁੜੀ ਹਾਂ ਇਹ ਮੇਰੇ ਚਾਚਾ ਜੀ ਹੈ ਜਿਹੜੇ ਤੀਆਂ ਮਨਾਉਂਦੇ ਆ ਸਪੈਸ਼ਲ ਆਏ ਹੋ ਤੀਆਂ ਮਨਾਉਣ ਸਪੈਸ਼ਲ ਆਏ ਸਪੈਸ਼ਲ ਬੁਲਾਏ ਅੱਛਾ ਪਰ ਕਿੰਨੇ ਟਾਈਮ ਪਹਿਲਾਂ ਆ ਜਾਂਦੇ ਹੋ ਚੜ ਕੇ ਟਾਈਮ ਤਾਂ ਜੀ ਅਸੀਂ ਪਹਿਲਾਂ ਤਾਂ ਇੱਕ ਹਫ਼ਤਾ ਪਹਿਲਾਂ ਆ ਜਾਂਦੇ ਤੇ ਹੁਣ ਅਜੇ ਐਟੇ ਟਾਈਮ ਪਹੁੰਚੇ ਆ ਕਿੰਨਾ ਕੁ ਚਾਹ ਹੁੰਦਾ ਬਹੁਤ ਖੁਸ਼ੀ ਹੁੰਦੀ ਜੀ ਆਪਣਾ ਪਿੰਡ ਦੇਖਣ ਦਾ ਵੀ ਚਾਹ ਹੁੰਦਾ ਔਰ ਨਾਲੇ ਫਿਰ ਤੀਆਂ ਮਨਾਉਣ ਦਾ ਆਪਣੇ ਘਰ 'ਚ ਫੰਕਸ਼ਨ ਹੁੰਦਾ ਹੈ ਕਈ ਨਾ ਕੁੜੀਆਂ ਹੁੰਦੀਆਂ ਨੇ ਹਨਾ ਕਈ ਸਾਲ ਵਿਆਹ ਹੋ ਜਾਂਦੇ ਨੇ ਜਦੋਂ ਨਹੀਂ ਮਿਲਦੀਆਂ ਹਨਾ ਫਿਰ ਉਹ ਜਦੋਂ ਆਪਾਂ ਨੂੰ ਮਿਲਦੀਆਂ ਨੇ ਕਿੰਨਾ ਕੁ ਵਧੀਆ ਲੱਗਦਾ ਹੈ ਬਹੁਤ ਅੱਛਾ ਲੱਗਦਾ ਬਹੁਤ ਚੰਗਾ ਲੱਗਦਾ ਹੈ ਜੀ ਕਿੰਨੇ ਕਿੰਨੇ ਸਾਲ ਬਾਅਦ ਇਕੱਠੇ ਹੁੰਦੇ ਆ ਪਿਛਲੇ ਸਾਲ ਅਸੀਂ ਨਹੀਂ ਆ ਸਕੇ ਬਹੁਤ ਮਿਸ ਕਰਿਆ ਪਰ ਪੱਕੀ ਸਹੇਲੀ ਇੱਥੇ ਆਉਣਾ ਨਹੀਂ ਪੱਕੀ ਸਹੇਲੀ ਤਾਂ ਹਜੇ ਭੈਣ ਆਈਆਂ ਅਸੀਂ ਸਾਰੇ ਭੈਣਾਂ ਇਕੱਠੇ ਹੋ ਰਹੀਆਂ ਸਾਰੀਆਂ ਅਸੀਂ ਆਪਣਾ ਹੀ ਪਰਿਵਾਰ ਹੈ ਸਾਨੂੰ ਬਾਹਰ ਸਹੇਲੀ ਬਣਾਉਣ ਦੀ ਜ਼ਰੂਰਤ ਹੀ ਨਹੀਂ ਆਪਣੇ ਪਰਿਵਾਰ 'ਚ ਹੀ ਬੜਾ ਪਰਿਵਾਰ ਹੈ 11 ਭੈਣਾਂ ਅਸੀਂ 2 ਭੂਆ ਉਨੇ ਹੀ ਹੈ ਬਹੁਤ ਵਧੀਆ ਚਾਰ ਜਣੀਆਂ ਅਸੀਂ ਦਰਾਣੀਆਂ ਠਾਣੀਆਂ ਇਕੱਠੀਆਂ ਇੱਕੋ ਘਰ 'ਚ ਇੱਕੇ ਘਰ 'ਚ ਅਸੀਂ ਵਧੀਆ ਰੌਣਕ ਲੈ ਫਿਰ ਤਾਂ ਤੀਆਂ ਤੁਹਾਡੇ ਘਰੇ ਮਣਾਈ ਤੀਆਂ ਵਰਗਾ ਹੀ ਤਾਂ ਇਹ ਮੇਰੀ ਦਰਾਣੀ ਵੀ ਹੈ ਭੈਣ ਵੀ ਹੈ
ਅੱਛਾ ਤੁਸੀਂ ਕੁੜੀ ਹੋ? ਹਾਂਜੀ ਤੁਸੀਂ ਵੀ ਸਪੈਸ਼ਲ ਆਏ? ਸਪੈਸ਼ਲ ਮੈਂ ਤਾਂ 11 ਤੀਆਂ 11 ਸਾਲ ਹੋ ਗਏ, ਇੱਕ ਤੀਆਂ ਨਹੀਂ ਛੱਡੀਆਂ ਹੈਗੀਆਂ, ਇੱਕ ਵੀ ਨਹੀਂ। ਸਾਰੀ ਜੁਆਇਨ ਕਰੀਆਂ ਪਿੰਡਾਂ। ਹਾਂਜੀ ਹਾਂਜੀ ਮੈਨੂੰ ਤਾਂ ਇੰਨਾ ਚਾਅ ਹੁੰਦਾ ਨਾ, ਬਹੁਤ ਆਹ ਦਿਨ ਤਾਂ ਬਹੁਤ ਉਹਦੇ ਵਾਸਤੇ ਹੁੰਦਾ, ਲੱਕੀ ਮੇਰੇ ਵਾਸਤੇ। ਸਾਰਿਆਂ ਨੂੰ ਕੁੜੀਆਂ ਨੂੰ ਇਹੀ ਸੂਟਾਂ ਦਾ ਹੀ ਹੁੰਦਾ ਹੈ ਨਾ ਸ਼ੌਂਕ ਹੁੰਦਾ ਮੈਨੂੰ ਤੀਆਂ ਦੇ। ਤੀਆਂ ਤਾਂ ਮੈਂ ਇੱਕ ਤੀਆਂ ਮਿਸ ਨਹੀਂ ਕਰੇ, ਮੈਂ ਤਾਂ ਕਹਿ ਜਿਉਂਦਾ ਰਹੇ ਮੇਰੇ ਚਾਚਾ ਜੀ, ਜਿਹੜਾ ਸਾਨੂੰ ਹਰ ਸਾਲ ਤੀਆਂ ਤੇ ਇਕੱਠਾ ਕਰਦਾ, ਸਾਰੇ ਆਪਣੀ ਭਰਜਾਈਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਮਿਲਾ ਦਿੰਦਾ ਜੀ। ਬਹਾਨੇ ਪਿੰਡ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਆ ਸਾਰੇ। ਬੀਬੀ ਖੜੇ ਨੇ ਪਿੱਛੇ, ਆਇਓ ਜੀ, ਇਹ ਸਾਡੇ ਸਭ ਤੋਂ ਬਜ਼ੁਰਗ ਬੀਬੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੇ ਵੇਲੇ ਦੀਆਂ ਤੀਆਂ ਕਿਵੇਂ ਦੀਆਂ ਹੁੰਦੀਆਂ ਸੀ? ਸਾਡੇ ਤਾਂ ਜੀ ਝੂਟੇ ਪਾਉਂਦੇ ਸੀ ਦੋ। ਹਾਂਜੀ ਝੂਟੇ ਪਾਉਣੇ, ਫਿਰ ਜੋਟੀਆਂ ਝੂਟਣੇ, ਫਿਰ ਗੀਤ ਗਾਉਣੇ ਭੈਣ ਭਾਈਆਂ ਦੇ। ਹਾਂਜੀ ਹਾਂਜੀ। ਕੋਈ ਕੰਦ ਟੱਪੇ ਕਰਿਆ ਵੇ ਪਲਿਆ, ਕੰਦ ਟੱਪੇ ਕਰ ਨਾ ਮਾਨੀ ਮੇਰੀ ਰਾਣੀਏ ਭੈਣੇ, ਕੋਈ ਲੋਕ ਕਹੂੰਗੇ ਚੋਰ ਵੇ ਪਲਿਏ, ਚੋਰਾਂ ਦੇ ਮੇਲੇ ਕੱਪੜੇ ਮੇਰੇ ਰਾਜਿਆ ਵੀਰ, ਕੋਈ ਤੇਰਾ ਵਿਖਦਾ ਪੇਸ ਵੇ ਪਲਿਆ। ਆ ਬੀਬੀ ਲਈ ਤਾੜੀਆਂ ਹੋ ਜਾਣਾ, ਬਹੁਤ ਵਧੀਆ ਬੋਲੀ ਗਾਈ ਤੁਸੀਂ ਨੇ, ਹੈ ਨਾ? ਬੋਲੀਆਂ ਤਾਂ ਬਹੁਤ ਆਉਂਦੀਆਂ ਬਹੁਤ। ਮਾਮਾ ਦੀਆਂ ਕੱਪੜੇ ਤੋਂ ਪਟੜੇ ਗਏ ਪਟੜਾ ਜੋੜ ਕੇ, ਹੁਣ ਕਿਉਂ ਮਾਏ ਰੋਨੀ ਐ ਧੀਆਂ ਨੂੰ ਸਹੁਰੇ ਤੋਰ ਕੇ, ਹੁਣ ਕਿਉਂ ਮਾਏ ਰੋਨੀ ਧੀਆਂ ਨੂੰ ਸਹੁਰੇ ਤੋਰ ਕੇ, ਹੁਣ ਕਿਉਂ ਮਾਏ ਰੋਨੀ ਐ ਧੀਆਂ ਨੂੰ ਸਹੁਰੇ ਤੋਰ ਕੇ। ਵੇਓ ਆਇਆ ਗੱਡੀ ਜੋੜ ਕੇ, ਸਾਉਣ ਦਾ ਮਹੀਨਾ ਉਹ ਆਇਆ ਗੱਡੀ ਜੋੜ ਕੇ, ਮੈਂ ਨੀ ਸਾਰੇ ਜਾਣਾ ਰਲ ਜਗਲੀ ਖਾਲੀ ਮੋੜ ਕੇ, ਮੈਂ ਨੀ ਸਾਰੇ ਜਾਣਾ ਗੱਡੀ ਖਾਲੀ ਮੋੜ ਕੇ। ਸਭ ਤੋਂ ਪਿਆਰੀ ਮੈਨੂੰ ਤੂੰ ਨੀ ਨਣਦੀ ਏ, ਸਭ ਤੋਂ ਪਿਆਰੀ ਮੈਨੂੰ ਤੂੰ ਨੀ ਨਣਦੀ ਏ, ਤੇ ਤੋਂ ਪਿਆਰਾ ਤੇਰਾ ਵੀਰ ਨੀ ਜਦ ਗਾਲਾਂ ਕੱਢਦੇ, ਅੱਖੀਆਂ 'ਚੋਂ ਵਗ ਪੈਂਦਾ ਨੀਰ ਨੀ ਜਦ ਗਾਲਾਂ ਕੱਢਦੇ, ਅੱਖੀਆਂ 'ਚੋਂ ਵਗ ਪੈਂਦਾ ਨੀਰ। ਸਭ ਤੋਂ ਪਿਆਰੀ ਮੈਨੂੰ ਤੂੰ ਨੀ ਨਣਦੀ ਏ, ਤੇ ਤੋਂ ਪਿਆਰਾ ਤੇਰਾ ਵੀਰ ਨੀ ਜਦ ਗੱਲਾਂ ਕਰਦੇ, ਕਹਿੰਦਾ ਹੈ ਤੂੰ ਮੇਰੀ ਹੀਰ ਨੀ ਜਦ ਗੱਲਾਂ ਕਰਦੇ। ਬਹੁਤ ਸੋਹਣੀ ਬੋਲੀ ਗਾਈ, ਫਿਰ ਤੁਸੀਂ ਪਿੱਛੇ ਕਿਉਂ ਖੜੇ ਸੀ? ਨਹੀਂ ਅਸੀਂ ਪਹਿਲਾਂ ਦਮ ਦੜਾ ਲਿਆ, ਸਾਡੇ ਤੋਂ ਪਹਿਲਾਂ ਨਾ ਚੱਲੇ ਤੁਸੀਂ? ਹਾਂ ਚੌ ਪੂਰਾ ਕਰ ਲਿਆ। ਨਾ ਹੋਵੇ ਕੁੱਟੀਏ ਸੰਦੂਖਾ ਓਲੇ, ਨੀ ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਖਾ ਓਲੇ, ਨੀ ਪਹਿਲਾਂ ਜੱਟ ਨੂੰ ਮੱਕੀ ਪਿਹਾਈਏ, ਫੇਰ ਪਿਹਾਈਏ ਛੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨਾ ਬਰਾਬਰ ਬੋਲੇ, ਨੀ ਅਟੀਏ ਦੇ ਦਬ ਜੱਟ ਫੇਰ ਨ
ਪੀ ਕੇ ਸ਼ਰਾਬਾਂ ਵੇ ਨਾਲ ਲਿਆਉਂਦਾ ਟੋਲੀ ਵੇ ਤਹੀਂ ਟੋਲੀ ਦੇ ਭਾਂਡੇ ਮਾਂਜਣੇ ਉਹ ਤਹੀਓ ਟੋਲੀ ਦੇ ਭਾਂਡੇ ਮਾਂਜਣੇ ਤੂੰ ਓ ਮੇਰੀ ਗੋਲੀ ਕਰ ਤੂੰ ਗਜ ਵਰਗੀ ਫੇਰ ਬਰਾਬਰ ਬੋਲੀ ਕਰ ਤੂੰ ਗਜ ਵਰਗੀ ਫੇਰ ਬਰਾਬਰ ਬੋਲੀ ਕਰ ਤੂੰ ਗਜ ਵਰਗੀ ਨੀ ਕਹੀ ਤਾਂ ਨੀ ਕਪੀ ਪੜੀ ਉੱਥੇ ਕੰਜਰੀ ਦਾ ਡੇਰਾ ਉੱਥੇ ਕੰਜਰੀ ਦਾ ਡੇਰਾ ਸਾਰਾ ਮੰਗਦੀ ਆ ਮੇਰਾ ਸਾਰਾ ਮੰਗਦੀ ਆ ਮੇਰਾ ਮੈਂ ਤਾਂ ਕਦੀ ਉਹ ਨਾ ਦੇਵਾਂ ਮੈਂ ਤਾਂ ਕਦੀ ਉਹ ਨਾ ਦੇਵਾਂ ਮੇਰੇ ਨਿਆਣਿਆਂ ਦਾ ਦਾਦਾ ਮੇਰੇ ਨਿਆਣਿਆਂ ਦਾ ਦਾਦਾ ਇੱਕ ਹੀ ਤਾਂ ਨੀਕ ਪੀਪਲੀ ਇੱਕ ਹੀ ਤਾਂ ਨੀਕ ਪੀਪਲੀ ਉੱਥੇ ਕੰਜਰੀ ਦਾ ਡੇਰਾ ਉੱਥੇ ਕੰਜਰੀ ਦਾ ਡੇਰਾ ਜੇਠ ਮੰਗਦੀ ਆ ਮੇਰਾ ਜੇਠ ਮੰਗਦੀ ਆ ਮੇਰਾ ਮੈਂ ਤਾਂ ਕਦੀ ਉਹ ਨਾ ਦੇਵਾਂ ਮੈਂ ਤਾਂ ਕਦੀ ਉਹ ਨਾ ਦੇਵਾਂ ਮੇਰੇ ਨਿਆਣਿਆਂ ਦਾ ਤਾਇਆ ਮੇਰੇ ਨਿਆਣਿਆਂ ਦਾ ਤਾਇਆ ਇੱਕ ਹੀ ਤਾਂ ਨੀ ਕਪੀਪਲੀ ਉੱਥੇ ਕੰਜਰੀ ਦਾ ਡੇਰਾ ਕੰਜਰੀ ਦਾ ਡੇਰਾ ਤੁਸੀਂ ਕੰਜਰੀ ਦਾ ਡੇਰਾ ਲੰਘਦੀ ਆ ਮੇਰਾ ਲੰਘਦੀ ਆ ਮੇਰਾ ਮੈਂ ਤਾਂ ਕਦੀ ਉਹ ਨਾ ਦੇਵਾਂ ਸੁਹੇ ਵਿਚੀਰੇ ਵਾਲਿਆ ਦੋ ਲਾਲੜੀਆਂ ਸੁਹੇ ਵਿਚੀਰੇ ਵਾਲਿਆ ਦੋ ਲਾਲੜੀਆਂ ਤੀਆਂ ਵੇਖਣ ਆਈਆਂ ਕਰਮਾ ਵਾਲੜੀਆਂ ਤੀਆਂ ਵੇਖਣ ਆਈਆਂ ਕਰਮਾ ਵਾਲੜੀਆਂ ਸੁਹੇ ਵਿਚੀਰੇ ਵਾਲਿਆ ਮੈਂ ਫੁੱਲ ਕਿੱਕਰਾਂ ਦੇ ਸੁਹੇ ਵਿਚੀਰੇ ਵਾਲਿਆ ਫੁੱਲ ਕਿੱਕਰਾਂ ਦੇ ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ ਬਹਾਰ ਮੇਲੇ ਮਿੱਤਰਾਂ ਦੇ ਤਾਂ ਇਹ ਆ ਸਾਡਾ ਅਸਲੀ ਸੱਭਿਆਚਾਰ ਤੁਸੀਂ ਦੇਖ ਹੀ ਲਿਆ ਹੋਣਾ ਪਿੰਡ ਕਢੂੰਗਾ ਵਿਖੇ ਤੀਆਂ ਦਾ ਮੇਲਾ ਲੱਗਿਆ ਸੀ ਬੀਬੀਆਂ ਦੇ ਵਿੱਚ ਬਹੁਤ ਖੁਸ਼ੀ ਆ ਸਾਰੀਆਂ ਬੀਬੀਆਂ ਕਹਿੰਦੀ ਮੈਂ ਬੋਲੀ ਪਾਉਣੀ ਆ ਮੈਂ ਬੋਲੀ ਪਾਉਣੀ ਆ ਮੈਂ ਕਿਹਾ ਗੁੱਸੇ ਨਾਲ ਹੋਇਓ ਇੱਕ ਵਾਰੀ ਵਾਰੀ ਸਾਰੇ ਬੋਲੀ ਪਾ ਲਵਾ ਕੇ ਤਾਂ ਪਿੰਡ ਕਢੂੰਗਾ ਵਿਖੇ ਬਹੁਤ ਰੌਣਕ ਲੱਗੀ ਹੋਈ ਆ ਸੋਹਣੀਆਂ ਸੋਹਣੀਆਂ ਮੁਟਿਆਰਾਂ ਸੋਹਣੇ ਸੋਹਣੇ ਕੱਪੜੇ ਪਾ ਕੇ ਪਹੁੰਚੀਆਂ ਸੀ ਤਾਂ ਤੁਸੀਂ ਵੀ ਦੇਖੇ ਹੀ ਹੋਣਾ ਤਾਂ ਮੈਂ ਉਹ ਕੁੜੀਆਂ ਨੂੰ ਜ਼ਰੂਰ ਕਹੂੰਗੀ ਜਿਹੜੀਆਂ ਅੱਜ ਵੀ ਘਰਾਂ ਦੇ ਵਿੱਚ ਬੈਠੀਆਂ ਨੇ ਸ਼ਰਮ ਦੇ ਮਾਰੇ ਉਹ ਬਾਹਰ ਨਹੀਂ ਨਿਕਲਦੀਆਂ ਕਈ ਵਾਰੀ ਸੰਗ ਆਉਂਦੀ ਹੁੰਦੀ ਆ ਵੀ ਮੈਨੇ ਨਹੀਂ ਨੱਚਣਾ ਉਹਨਾਂ ਕੁੜੀਆਂ ਨੂੰ ਮੈਂ ਜ਼ਰੂਰ ਕਹੂੰਗੀ ਇਹ ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ ਇੱਕ ਸਾਲ ਬਾਅਦ ਤੀਆਂ ਦਾ ਤਿਉਹਾਰ ਆਉਂਦਾ ਤੁਸੀਂ ਵੀ ਤੀਆਂ ਦੇ ਤਿਉਹਾਰ ਦੇ ਵਿੱਚ ਜ਼ਰੂਰ ਸ਼ਾਮਿਲ ਹੋਇਆ ਕਰੋ ਤਾਂ ਹੁਣ ਮੈਨੂੰ ਦੇ ਇਜਾਜ਼ਤ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ